ਪੇਸ਼ਾਬ ਮੁੜ ਕੇ ਨਾ ਰੋਟੀ ਪਾਣੀ ਨਾ ਕੋਈ ਕੁਛ ਐਸੇ ਸਾਨੂੰ ਲਾਇਆ ਰਸਤੇ ਦੇ ਟਰੱਕ ਵਾਲਾ ਮਿਲਿਆ ਪੱਚੀ ਸੌ ਰੁਪਇਆ ਲਾਇਆ ਸਾਡੇ ਕਹਿੰਦਾ ਤੁਹਾਨੂੰ ਤਰਪਾਲ ਪਾ ਕੇ ਛੱਡ ਦਿੰਦਾ ਸੀ ਪੱਚੀ ਸੌ ਰੁਪਇਆ ਸਾਡੇ ਕੋਲ ਲਿਆ ਕਹਿੰਦਾ ਜੀ ਸਾਡੇ ਕੋਲ ਪਰਮਿਟ ਹੈਗਾ ਤੁਹਾਨੂੰ ਲੁਧਿਆਣੇ ਔਰ ਅੰਮ੍ਰਿਤਸਰ ਜਾਏਗੀ ਗੱਡੀ ਨਾ ਅਸੀਂ ਰਾਤ ਕੁਝ ਖਾਧਾ ਨਾ ਕੁਝ ਪੀਤਾ ਨਾ ਕਿਧਰੇ ਗੱਡੀ ਇਹਨਾਂ ਨੇ ਰੋਕੀ ਹੈ ਜੀ ਅੱਛਾ ਹਾਂਜੀ ਬਹੁਤ ਬੁਰਾ ਹਾਲ ਹੈ ਇਸੇ ਕਰਕੇ ਬਠਿੰਡਾ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਲੋਕਾਂ ਨੇ ਇੱਕ ਟਰੱਕ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨਿਕਲਦੇ ਵੇਖਿਆ ਇਹ ਲੋਕ ਟਰੱਕ ਚੋਂ ਨਿਕਲਦੇ ਸਾਰ ਹੀ ਇੱਧਰ ਉੱਧਰ ਜਾਣ ਲੱਗੇ ਜਿਸ ਤੋਂ ਬਾਅਦ ਲੋਕਾਂ ਵੱਲੋਂ ਸ਼ੱਕ ਹੋਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਉਹਨਾਂ ਨੇ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਅਤੇ ਜੋ ਸੱਚ ਸਾਹਮਣੇ ਨਿਕਲ ਕੇ ਆਇਆ ਉਹ ਹੋਸ਼ ਉਡਾਉਣ ਵਾਲਾ ਸੀ ਕਿ ਇੱਕ ਟਰੱਕ ਵਿੱਚ ਜਿਸ ਵਿੱਚ ਬੰਦਾ ਬੈਠਾ ਸੀ ਉਹ ਟਰੱਕ ਗਵਾਲੀਅਰ ਤੋਂ ਰਵਾਨਾ ਹੋਇਆ ਸੀ ਅਤੇ ਟਰੱਕ ਡਰਾਈਵਰ ਨੇ ਹਰ ਬੰਦੇ ਤੋਂ 2500 ਤੋਂ ਲੈ ਕੇ 3000 ਰੁਪਇਆ ਲੈਣਾ ਸੀ ਉਹਨਾਂ ਨੂੰ ਉਹਨਾਂ ਦੇ ਇਲਾਕਿਆਂ ਵਿੱਚ ਛੱਡਣ ਲਈ ਬੜੀ ਹੈਰਾਨੀ ਦੀ ਗੱਲ ਹੈ ਕਿ ਲੋਕਡਾਊਨ ਦੇ ਇਹ ਮਾਹੌਲ ਵਿੱਚ ਇੱਕ ਟਰੱਕ ਵਿੱਚ ਇੰਨਾ ਬੰਦਾ ਬੈਠਾ ਹੋਵੇ ਤਾਂ ਉਹ ਟਰੱਕ ਇੰਨੇ ਬੰਦੇ ਸੀ ਇਸੇ ਜ਼ਿਲ੍ਹੇ ਦੀ ਪੁਲਿਸ ਨੇ ਟਰੱਕ ਦੀ ਚੈਕਿੰਗ ਨਹੀਂ ਕੀਤੀ ਇੱਥੇ ਲਿਆ ਕੇ ਸਾਨੂੰ ਇੱਥੇ ਲਾਉਣ ਲੱਗਾ ਸੀਗਾ ਜੀ ਅੱਛਾ ਲਾਉਣ ਲੱਗਿਆ ਸੀ ਬੰਦੇ ਵਿੱਚ ਅੱਧੇ ਥੱਲੇ ਆਣੀ ਧੱਕੇ ਨਾਲ ਹੀ ਅੱਛਾ ਅਜਾ ਉਧਰ ਕਰ ਅੱਛਾ ਇਹ ਚੱਕਰ ਹੋਇਆ ਜੀ ਮੁੜ ਕੇ ਇੱਥੇ ਆਪਣੇ ਮੁਲਾਜ਼ਮ ਆਏ ਉਹਨਾਂ ਨੇ ਦੇਖਿਆ ਇਹਨਾਂ ਨੂੰ ਅੱਧੇ ਵੇਲੇ ਭੱਜ ਗਏ ਇਹਨਾਂ ਨੂੰ ਰੋਕਿਆ ਡਰਾਈਵਰ ਨੂੰ ਫੜਿਆ ਜਾਂ ਮੁਲਾਜ਼ਮ ਆ ਗਏ ਤਾਂ ਗੱਡੀ ਭੱਜ ਵੀ ਗਏ ਕੁਛ ਨਹੀਂ ਨਹੀਂ ਭੱਜਿਆ ਭੱਜਿਆ ਕੋਈ ਨਹੀਂ ਪਿੱਛੇ ਲਾਇਆ ਭੱਜਣ ਵਾਲੇ ਬੰਦੇ ਹੀ ਹੈ ਨਹੀਂ ਕੰਪੈਨਾਂ ਵਾਲੇ ਡਰਾਈਵਰ ਹੈ ਭੱਜਣਾ ਕਿੱਥੇ ਡਰਾਈਵਰ ਕਿੱਥੇ ਉਤਾਰੇ ਪਹਿਲਾਂ ਬਠਿੰਡੇ ਉਤਾਰੇ ਆ ਅੰਮ੍ਰਿਤਸਰ ਜਾਏਗੀ ਗੱਡੀ ਨਾ ਅਸੀਂ ਰਾਤ ਕੁਝ ਖਾਧਾ ਨਾ ਕੁਝ ਪੀਤਾ ਨਾ ਕਿਧਰੇ ਗੱਡੀ ਇਹਨਾਂ ਨੇ ਰੋਕੀ ਹੈ ਜੀ ਹਾਂਜੀ ਬਹੁਤ ਬੁਰਾ ਹਾਲ ਹੈ ਇਸੇ ਕਰਕੇ ਬਾਥਰੂਮ ਕਰਨ ਦਿੱਤਾ ਜੀ ਨਾ ਲੈਟਰਿੰ ਕੁਝ ਭੁੱਖੇ ਭਾਣੇ ਆਏ ਆ ਜੀ ਕਿੰਨੇ ਦਿਨ ਹੋ ਗਏ ਲੈਟਰਿੰ ਬਾਥਰੂਮ ਕੀਤੇ ਨੂੰ ਰਾਤ ਦੇ ਜੀ 8 ਵਜੇ ਦੇ ਬੈਠੇ ਹੋਏ ਜੀ ਰਾਤ ਦੇ ਬਾਥਰੂਮ ਵੀ ਨਹੀਂ ਕੀਤਾ ਮੈਂ ਬਾਥਰੂਮ ਵੀ ਕੀਤਾ ਰੋਕੀ ਨਹੀਂ ਜੀ ਕਹਿੰਦਾ 2500 ਰੁਪਇਆ ਲਾਂਗਾ ਹਾਂ ਇੱਕ ਇੱਕ ਬੰਦੇ ਕੋਲੋਂ ਅੱਛਾ ਅਗਰ ਜਿਹਦੇ ਕੋਲ 2500 ਨਹੀਂ ਹੈਗਾ ਉਹਨੂੰ ਪਰੇ ਗੱਡੀ ਤੂੰ ਕਰ ਦਿੰਦਾ ਸਾਈਡ ਤੇ ਅੱਛਾ ਹਾਂਜੀ ਤੇ ਮੁੜ ਕੇ ਭਾਲਿਆ ਸਾਨੂੰ ਇਹਨੇ ਦਿਨ ਭਰ ਰਾਤ ਗੱਡੀ ਨਹੀਂ ਇਹਨੇ ਰੋਕੀ ਮੀਂਹ ਦੇ ਵਿੱਚ ਵੀ ਨਾ ਕਿਸੇ ਨੂੰ ਕਰਾਇਆ ਪਿਸ਼ਾਬ ਅੱਛਾ ਤੇ ਮੁੜ ਕੇ ਨਾ ਰੋਟੀ ਪਾਣੀ ਨਾ ਕੋਈ ਕੁਛ ਐਸੇ ਸਾਨੂੰ ਲਾਇਆ ਉਸ ਰਸਤੇ ਦੇ ਕਹਿੰਦਾ ਤੁਹਾਨੂੰ ਰਾਤ ਨੂੰ ਲੈ ਕੇ ਚੱਲਾਂਗਾ ਤੁਸੀਂ ਇੱਥੇ ਪੈ ਜਾਓ ਅਸੀਂ ਕਹਿੰਦੇ ਤੂੰ ਸਾਨੂੰ ਇੱਥੇ ਛੱਡ ਕੇ ਆ ਉਹ ਤੋਂ ਬਾਅਦ ਮੁੜ ਕੇ ਗੱਡੀ ਇਹਨੇ ਟਰਨ ਉੱਥੋਂ ਘੁਮਾ ਲਈ ਹੈ ਅੱਧੇ ਸਾਡੇ ਬੰਦੇ ਵਿੱਚ ਨੇ ਅੱਧੇ ਲੈਂਦੇ ਪਏ ਨੇ ਇਹਨੇ ਗੱਡੀ ਫੇਰ ਭਜਾ ਲਈ ਹੈ ਅੱਗੇ ਮੁਲਾਜ਼ਮਾਂ ਦੀ ਗੱਡੀ ਆਈ ਉਹਦੇ ਉੱਤੇ ਚਾੜਦੇ ਲੱਗਾ ਸੀ ਗੱਡੀ ਮੁਲਾਜ਼ਮਾਂ ਦੇ ਉੱਤੇ ਹਾਂ ਇੱਕ ਐਕਟਿਵਾ ਥੱਲੇ ਦੇ ਦੇਣ ਲੱਗਾ ਸੀ ਅੱਛਾ ਡਰਦੇ ਨੇ ਮਾਰੇ ਨੇ ਇਹਨੇ ਕੱਟ ਮਾਰੇ ਨੇ ਗੱਡੀ ਨੂੰ ਮੁਲਾਜ਼ਮਾਂ ਦੇ ਉੱਤੇ ਗੱਡੀ ਚੜਾਈ ਸੀ ਹਾਂਜੀ ਸਾਡਾ ਤੇ 2500 ਰੁਪਇਆ ਲੈ ਕੇ ਦੋ ਅਸੀਂ ਤੇ ਘਰ ਜਾਣਾ ਆਪਣੇ ਅੱਛਾ ਹੁਣ ਵਾਪਸ ਚੱਲੇ ਹੋ ਹਾਂਜੀ ਲੁਧਿਆਣੇ ਦੇ ਰਹਿਣ ਲੱਗੇ ਲੁਧਿਆਣੇ ਦੇ 2500 ਰੁਪਇਆ ਨੇ ਕੱਲੇ ਕੱਲੇ ਬੰਦੇ ਕੋਲੋਂ ਲਿਆ ਇਹਨੇ ਕਿੰਨੇ ਪੈਸੇ ਬਣ ਗਏ 4.5 ਲੱਖ ਰੁਪਇਆ ਬਣੇ ਆ 4.5 ਲੱਖ ਕਿੰਨੇ ਨੰਬਰ ਬੰਦੇ ਸੀ ਬੰਦੇ ਪਿੱਛੇ ਵੀ ਲਾ ਕੇ ਆਇਆ ਹੈ ਅੱਛਾ ਲਾ ਤੇ ਬੰਦੇ ਪਿੱਛੇ ਲਾ ਕੇ ਆਇਆ 10-10 ਬੰਦੇ ਕਿੰਨੇ ਕਿੰਨੇ ਪੂਰੀ ਤੂੜੀ ਤਰ੍ਹਾਂ ਦੇ ਤੁੰਨੀ ਹੀ ਸਾਲੀ ਹੈ ਆ ਤੂੜੀ ਮੰਗੂਗਾ ਹਾਂ ਸਾਨੂੰ ਤੇ ਪੈਸੇ ਲੈ ਕੇ ਦੋ ਹੜ ਕੋ ਇਹਨਾਂ ਕੋਲ ਰਾਹ ਪੂਰਾ ਰਾਹ ਖੜ ਕੇ ਆਏ ਆ ਜੀ ਹਾਂ ਅੱਛਾ ਹਾਂਜੀ ਸਾਡੇ ਕੋਲ ਉਹੀ ਪੈਸੇ ਹੀ ਅਸੀਂ ਜਿੰਨੇ ਵੀ ਆਏ ਹੜ ਕੋ ਲੈ ਲੈਣੇ ਆ ਤੁਸੀਂ ਕਿਉਂ ਲਾਲਚ ਦੇ ਵਿੱਚ ਆਏ ਨਹੀਂ ਸਾਨੂੰ ਅਸੀਂ ਸਭ ਸਾਡੇ ਕੋਲ ਨਾ ਕੋਈ ਖਾਣ ਪੀਣ ਨੂੰ ਕੋਈ ਵਿਵਸਥਾ ਨਹੀਂ ਸਾਡੇ ਕੋਲ ਰੋਡ ਤੇ ਸਾਡੇ ਕੋਲ ਕੋਈ ਵਿਵਸਥਾ ਨਹੀਂ ਹੈਗੀ ਅਸੀਂ ਕੀ ਕਰਦੇ ਫਿਰ ਸਾਨੂੰ ਕਹਿੰਦਾ ਪਰਮਿਸ਼ਨ ਹੈਗੀ ਤੁਹਾਨੂੰ ਪੈਸੇ ਹਾਂਜੀ 120 ਬੰਦੇ ਸੀ ਤੇ 2500 ਰੁਪਇਆ ਲੈ ਜੀ ਇੱਕ ਜਣੇ ਇਹਨੇ ਕਿਹ ਕੋ 100 ਰੁਪਇਆ ਘੱਟ ਨਹੀਂ ਲਿਆ ਜੀ ਕਿੰਨੇ ਕਿੰਨੇ ਪੈਸੇ ਲੈਤੇ ਆ ਸਰ 2500 ਰੁਪਇਆ ਤੇ ਤੁਸੀਂ ਹੁਣ ਰੋਟੀ ਪਾਣੀ ਕੁਝ ਦਿੱਤਾ ਜੀ ਕੁਝ ਨਹੀਂ ਲੈਟਰਿੰਗ ਬਾਥਰੂਮ ਸਰ ਗੱਡੀ ਰੋਕੀ ਨਹੀਂ ਰਾਤ ਇਦਾਂ ਹੀ ਹੈ ਜਿੱਦਾਂ ਜੀ ਅੱਛਾ ਕਿੱਥੋਂ ਆ ਰਹੇ ਸੀ ਸਾਰੇ ਸਰ ਗਵਾਲੀਅਰ ਤੋਂ ਆ ਰਹੇ ਹਾਂ ਗਵਾਲੀਅਰ ਤੋਂ ਆਏ ਹੋਏ ਆ ਕਰਨੀ ਸੀ ਤੁਹਾਨੂੰ ਵੀ ਇੱਥੇ ਪਹੁੰਚਾਂਗੇ ਤੇ ਪੁਲਿਸ ਦਾ ਹਾਂਜੀ ਡਰਨੀ ਸੀ
ਡਰ ਤੇ ਹੈਗਾ ਸਰ ਇਹ ਕਹਿੰਦਾ ਪਰਮਿਸ਼ਨ ਹੈ ਮੇਰੇ ਤੋਂ ਸਾਰਾ ਕੁਝ ਮੇਰੇ ਕੋਲ ਹੈ ਕੋਈ ਟੈਨਸ਼ਨ ਨਾ ਲਓ ਸਰ ਇਹ ਕਹਿੰਦਾ ਪਰਮਿਸ਼ਨ ਹੈ ਮੇਰੇ ਤੋਂ ਡਰਾਈਵਰ ਕੋਈ ਟੈਨਸ਼ਨ ਨਾ ਲਓ ਮੈਨੂੰ ਤਾਂ ਆਪੇ ਤੁਹਾਨੂੰ ਛੱਡ ਕੇ ਆਉਂਗਾ ਜੀ ਜ਼ਿੰਮੇਵਾਰੀ ਮੇਰੀ ਬੋਲ ਹੈ ਜੀ ਦੋ ਜਣੇ ਨੇ ਹੋਰ ਇਹਦੇ ਨਾਲ ਟਰੱਕ ਕੰਦੇ ਲੈ ਕੇ ਸੀ ਭਾਈ ਪਤਾ ਨਹੀਂ ਗਿੰਦੇ ਨਹੀਂ ਬੰਦੇ ਗਿਣੇ ਨਹੀਂ ਅੱਛਾ ਗਿਣੇ ਨਹੀਂ ਕਿੱਧਰ ਜਾਣਾ ਸੀ ਇਹ ਇੱਥੇ ਲੁਧਿਆਣੇ 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 ਜਾਣਾ ਸੀ ਕਿੰਨੇ ਟੋਟਲ ਬੰਦੇ ਆ ਇਹ ਜਿਹੜੇ ਅੱਜ ਤਾਰੇ ਗਏ ਫੜੇ ਗਏ ਤੁਸੀਂ ਭਾਈ ਪਤਾ ਨਹੀਂ ਗਿਣੇ ਨਹੀਂ ਕਿੰਨੇ 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 ਪੈਸੇ ਲੈਤੇ ਸੀ 25-25 ਸੌ ਰੁਪਏ ਹੈ 25-25 ਸੌ ਰੁਪਏ 25-25 ਸੌ ਰੁਪਏ ਲੈ ਕੇ ਕਿੱਥੇ ਕਿੱਥੇ ਜਾਣੇ ਸੀ ਆ ਲੁਧਿਆਣੇ ਬਸ ਲੁਧਿਆਣੇ ਲੁਧਿਆਣੇ ਲੈ ਕੇ ਜਾਣੇ ਸੀ ਅੱਜ ਕਿਵੇਂ ਫੜੇ ਗਏ ਇੱਥੇ ਹੁਣ ਫੜੇ ਗਏ ਇੱਥੋਂ ਆਂਡੇ ਬਾ ਪੁਲਿਸ ਵਾਲਾ ਰੋਕ ਲਿਆ ਔਰ ਫੜੇ ਕਿੱਥੇ ਜਾਣੇ ਇੰਨੇ ਡੰਗਰਾਂ ਵਾਂਗੂ ਲੱਦੇ ਹੋਏ ਬੰਦੇ ਭਾਈ ਹੁਣ ਉੱਥੇ ਦਿਹਾੜੀ ਟੱਪੇ ਵਾਲੇ ਬੰਦੇ ਉੱਥੇ ਦੂਜਾ ਕੀ ਨਾਂ ਦਾ ਰੀਪਰ ਆਪਾਂ ਚਲਾਉਂਦੇ ਉੱਥੇ ਗੁਰਦੁਆਰੇ ਬੈਠੇ ਅੱਛਾ ਤੇ ਉੱਥੇ ਚਲੋ ਅਸੀਂ ਵੀ ਚਲੋ ਸੋਚਿਆ ਕਿ ਚੱਲ ਵਿਚਾਰੇ ਇੱਥੇ ਬੈਠੇ ਆ ਭਲਾ ਕਰ ਦਿੰਦੇ ਆ ਤੇ ਲੈ ਆਏ ਇੱਥੇ ਫਸ ਗਏ ਇੱਥੇ ਆਣ ਇੱਥੇ ਫਸ ਗਏ ਪੁਲਿਸ ਨੇ ਘੇਰ ਲਿਆ ਇਹ ਸਾਰੇ ਕਿਹੜੀ ਕਿਹੜੀ ਜਗ੍ਹਾ ਤੋਂ ਲਿਆਂਦੇ ਆ ਇਕੱਠੇ ਕੀਤੇ ਪੂਰੇ ਡਬਰੇ ਆ ਕਿਤੋਂ ਇਕੱਠੇ ਨੇ ਕਿਤੇ ਡਬਰੇ ਆ ਪੂਰੇ ਕਿਹੜੇ ਡਬਰੇ ਹਾਂ ਡਬਰੇ ਕੀ ਹੈ ਇਹ ਡਬਰਾ ਗਵਾਲੀਅਰ ਗਵਾਲੀਅਰ ਸਾਰੇ ਉੱਥੋਂ ਇਕੱਠੇ ਕੀਤੇ ਆ ਕਦੋਂ ਚੱਲਿਆ ਸੀ ਕੱਲ ਰਾਤ ਨੂੰ ਕੱਲ ਰਾਤ ਨੂੰ ਚੱਲਿਆ ਹਾਂ ਇਹ ਇੱਥੇ ਕਤਕਰ 100 ਬੰਦੇ ਦੀ ਖੇਪ ਸਵੇਰ ਦੇ ਪਤਾ ਲੱਗੀ ਹੈ ਇੱਥੇ ਬਹੁਤ ਸਾਰੇ ਬੰਦੇ ਅੰਦਰ ਬੈਠੇ ਖੰਗ ਵੀ ਕਰ ਰਹੇ ਨੇ ਅੱਧਿਆਂ ਨੂੰ ਉਲਟੀ ਆਉਣ ਦੀ ਵੀ ਮਤਲਬ ਹਾਜ਼ਤ ਹੋਈ ਬੰਦੀ ਆ ਆਪ ਹੀ ਬੋਲੀ ਜਾਂਦੇ ਨੇ ਇਹਨਾਂ ਦੇ ਇਹ ਤਾਂ ਬਹੁਤ ਵੱਡੀ ਖੇਪ ਹੈ ਬਹੁਤ ਵੱਡਾ ਖਤਰਾ ਸਾਡੇ ਬਠਿੰਡੇ ਦੇ ਲਈ ਇਸ ਨੂੰ ਕਿਰਪਾ ਕਰਕੇ ਪ੍ਰਸ਼ਾਸਨ ਤੋਂ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਇਹਨਾਂ ਦੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਰ ਦਿੱਤੀ ਜਾਵੇ ਕਾਰਵਾਈ ਕਿਤੇ ਇਹਨਾਂ ਦਾ ਚਾਹੀਦਾ ਇਹਨਾਂ ਦਾ ਚੈੱਕਅਪ ਕਰਕੇ ਇਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ ਘੱਟੋ ਘੱਟ 14 ਦਿਨ ਲਈ ਇਹ ਤਾਂ ਇੱਕ ਸਾਡੇ ਬਠਿੰਡਾ ਜਿਹੜਾ ਕਿ ਗ੍ਰੀਨ ਜ਼ੋਨ ਦੇ ਵਿੱਚ ਹੈ ਇਹ ਸਾਡੇ ਜਿਹੜੇ ਬੰਬ ਦਾ ਕੰਮ ਕਰਨਗੇ ਸਾਡੇ ਲਈ ਇਹ ਅਸੀਂ ਸਾਡੇ ਲੋਕਲ ਐਡਮਿਸ਼ਨ ਹੁਣ ਤੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਅਸੀਂ ਉਮੀਦ ਹੀ ਕਰਦੇ ਹਾਂ ਕਿ ਇਹਨਾਂ ਦਾ ਵੀ ਸਹੀ ਇਹਨਾਂ ਦਾ ਇਲਾਜ ਕੀਤਾ ਇਹਨਾਂ ਦਾ ਚੈੱਕਅਪ ਕਰਾ ਕੇ ਇਹਨਾਂ ਦਾ ਇਲਾਜ ਕੀਤਾ ਜਾਵੇ 14 ਦਿਨਾਂ ਵਾਸਤੇ ਨੂੰ ਰੱਖਿਆ ਜਾਵੇ ਤੇ ਇਦਾਂ ਨਾਲ ਇਹਨਾਂ ਸਰ ਕੀ ਕਹਿਣਾ ਚਾਹੋਗੇ ਮੌਕੇ ਤੇ ਪਹੁੰਚੇ ਹੋ ਤੁਸੀਂ 90 ਦੇ ਕਰੀਬ ਬੰਦ ਕਰਫਿਊ ਵਾਇਲੇਸ਼ਨ ਦਾ ਤੇ ਪਰਚਾ ਹੋਗਾ ਅੱਛਾ ਜੀ ਤੇ ਬਾਕੀ ਇਹਨਾਂ ਨੂੰ ਕੁਆਰੰਟਾਈਨ ਕਰ ਦਾਂਗੇ ਇੱਥੇ ਜਿਹੜਾ ਸੈਂਟਰ ਬਣਿਆ ਸੈਂਟਰ ਚੈੱਕ ਕਰਦੇ ਇਹ ਡਰਾਈਵਰ ਤੇ ਵੀ ਕਾਰਵਾਈ ਕੀਤੀ ਜਾਊਗੀ ਅੱਛਾ ਕਿੰਨੇ ਬੰਦੇ ਟੋਟਲ ਸਰ ਇਹਦਾ ਪਤਾ ਗਿਣਤੀ ਕਰ ਲੈਣੇ ਜਿੰਨੇ ਅਪਰੋਕਸੀਮੇਟ ਮੈਂ 30-40 ਬੰਦੇ ਤਾਂ ਹੈਗੇ ਅੱਛਾ ਜੀ